og oh, gulvanning, ser du òg! Boing! ਆ ਵੀ ਕੁੱਕੜ ਨੇ ਦੇਤੀ ਬਾਗ ਤੇ ਮਾਇਆ ਕਰ ਲਈ ਐਕਸਰਸਾਈਜ਼ ਆ ਮੁੰਡੇ ਖੇਡ ਰਹੇ ਨੇ ਜੀ ਫਟਬਾਲ ਤੇ ਫੁੱਟਬਾਲ ਖੇਡਦਾ ਖੇਡਦਾ ਇਹ ਆ ਕੀ ਹੋ ਗਿਆ ਵਿੱਚ ਕਬੱਡੀ ਚੱਲ ਪਈ ਹੈ ਓ ਮਾਈ ਗੋਡ ਆ ਤਾਂ ਕੁਝ ਹੋਰੀ ਚੱਲ ਪਿਆ ਹੋਇਆ ਹਰ ਜਾ ਆ ਦਾਦਾ ਨੇ ਬਣਾਏ ਅੱਜ ਬਹੁਤ ਹੀ ਸਵਾਦ ਬ੍ਰੇਕਫਾਸਟ ਆ ਬਣਾ ਰਹੇ ਨੇ ਚੀਲੇ ਚੀਲੇ ਜੇ ਤੁਸੀਂ ਖਾਦੇ ਹੋਣਗੇ ਆ ਦੇ ਇਹਨੂੰ ਵਿੱਚ ਕਰਤੱਵ ਵੀ ਕਰਨੇ ਨਾ ਡਰਾਮੇ ਬਾਜ਼ ਬਹੁਤ ਆ ਸਰਕਸ ਚ ਰਿਹਾ ਪਹਿਲਾਂ ਨਾ ਆ ਦੇਖੋ ਜੀ ਮਾਇਆ ਬਣਾਈ ਚੀਲੇ ਦੀ ਪਰੌਂਠੀ ਉਧਰੋਂ ਆ ਗਿਆ ਡੀਸੀ ਭਾਈ ਡੀਸੀ ਭਾਈ ਦੇ ਸਾਹਮਣੇ ਖਾ ਨਹੀਂ ਸਕਦੇ ਡੀਸੀ ਭਾਈ ਨੂੰ ਸਾਈਡ ਤੇ ਜਾਣ ਦਿਓ ਜਾਣ ਦਿਓ ਜਾਣ ਦਿਓ ਚਲੇ ਗਏ ਨੇ ਚਲੇ ਗਏ ਨੇ ਆ ਤੁਸੀਂ ਬਹੁਤ ਚੀਅਰ ਸੁਣਦੇ ਹੋ ਦੇਖੇ ਹੋਣੇ ਆ ਇਹ ਪੈਗ ਦੇ ਚੀਅਰ ਸੁਣਦੇ ਹੁੰਦੇ ਆ ਇਧਰ ਚੀਲੇ ਦਾ ਚੀਅਰ ਸੁਣਨ ਲੱਗਾ ਆ ਯੱਕ ਆ ਲੋ ਇਧਰ ਲੱਗਣ ਲੱਗਾ ਇਹ ਹੱਥ ਪੰਜਾ ਇਹ ਚੱਲ ਭਾਈ ਲੈ ਬੇਟਾ ਇਹ ਮੂੰਹ ਸੜਾ ਗੇਮ ਸਟਾਰਟ ਹੋਣ ਤੋਂ ਪਹਿਲਾਂ ਹੀ ਹਾਰ ਗਈ ਹੈ ਓ ਮਾਈ ਗਾਡ ਇਧਰ ਮੈਨੂੰ ਜੂਸ ਪੀਣਾ ਪੈ ਗਿਆ ਹੈ ਭਾਜੀ ਖੜੇ ਸੰ ਡੀਸੀ ਭਾਜੀ ਮੋਰੇ ਤੇ ਹੈਲਦੀ ਚੀਜ਼ ਖਾਣੀ ਪੈਂਦੀ ਹੈ ਪਰ ਮੇਰਾ ਧਿਆਨ ਸਾਰਾ ਇਹਦੇ ਵਿੱਚ ਸੀ ਆ ਮੈਂ ਚੀਲੇ ਦਾ ਬਣਾਇਆ ਬੁਰਕਾ ਕਮਾਲ ਹੋ ਗਿਆ ਹੈ ਆ ਬਲੇ ਤੇਰੇ ਆ ਹਾਈ 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 ਕੀ ਆ ਸੋਨੇ ਸੋਨੇ ਸ਼ਾਟ ਲੱਗ ਰਹੇ ਨੇ ਓ ਮਾਈ ਗਾਡ ਇਧਰ ਮੈਂ ਫੇਰ ਨਹੀਂ हट ਰਿਹਾ ਮੈਂ ਖਾਈ ਜਾ ਰਿਹਾ ਹਾਂ ਬਸ ਇਹੀ ਮੈਂ ਕਰਨ ਆਇਆ ਹਾਂ ਜ਼ਿੰਦਗੀ ਤੇ ਜੱਟ ਪੈਦਾ ਹੋਇਆ ਬਸ ਖਾਣ ਵਾਸਤੇ ਆ ਦੇਖੋ ਇਹ ਫੇਰ ਫੇਰ ਖਾਣ ਦਾ ਸਮਾਨ ਖੋਲ ਗਿਆ ਬਿਸਕਟ ਆ ਗਏ ਨੇ ਡੀਸੀ ਭਾਈ ਬਿਸਕਟ ਲੈ ਕੇ ਆਏ ਨੇ ਕਹਿੰਦੇ ਬਹੁਤ ਹੀ ਹੈਲਦੀ ਬਿਸਕਟ ਨੇ ਓ ਜ਼ਿੰਦਗੀ ਕਿਸੀ ਜੇ ਪਹੇਲੀ ਹਾਈ ਓ ਕبھی ਇਹ ਹਸਾਏ ਓ ਤੇ ਕبھی ਇਹ ਰੁਲਾਏ ਇਹ ਬਹੁਤ ਹੀ ਪਿਆਰਾ ਹਿੰਦੀ ਗਾਣਾ ਜਾ ਕੇ ਤੁਸੀਂ YouTube ਤੇ ਸੁਣੋ ਤੂੰ YouTube ਤੇ ਗਿਆ ਵੈਰੀ ਗੁੱਡ ਓਕੇ ਆ ਮੈਂ ਫੇਰ ਚਾਹ ਪਾ ਲਈ ਹੈ ਬਸ ਖਾ ਲਿਆ ਪੀ ਲਿਆ ਚਾਹ ਪੀ ਲਈ ਆ ਚਾਹ ਦਾ ਕੱਪ ਬੜਾ ਅਜੀਬ ਹੈ ਚਾਹ ਥਲੇ ਜਾ ਹੀ ਨਹੀਂ ਰਹੀ ਇਸ ਕੱਪ ਚ ਆ ਕੋਈ ਗੱਲ ਮੈਂ ਬੈਸਕਟ ਡੋਬਿਆ ਹੈ ਖਾ ਗਿਆ ਹਾਂ ਓਏ ਹੋਏ ਹੋਏ ਹੋ ਦੇ ਕਿੰਨਾ ਸੁਆਦ ਆ ਰਿਹਾ ਹੈ ਖਾ ਲੋ ਪੀ ਲੋ ਸੋ ਲੋ ਇਹੀ ਕੰਮ ਹੈ ਸਾਡੇ ਕੋਲੇ ਓਏ ਹੋਏ ਹੈਲਦੀ ਹੈਲਦੀ ਆ ਦਾਦਾ ਨੇ ਕੋਈ ਚਾਵਲ ਮਾਰੀ ਹੈ ਅਸੀਂ ਹੱਸ ਪਏ ਜਿਆਦਾ ਮੇਰੇ ਨਾਲ ਜਿਆਦਾ ਹੱਤ ਰਿਹਾ ਹੈ ਇਹਦੀ ਵੱਡੀ ਚਾਵਲ ਬੱਜੀ ਹੋਣੀ ਇੱਥੇ ਆ ਦੇਖੋ ਜਿਉਣਾ ਅਸੀਂ ਗੇਮ ਖੇਡਣ ਲੱਗੇ ਆ ਦੂਜੇ ਨੰਬਰ ਤੇ ਕਿਹਦੀ ਵਾਰੀ ਆਈ ਹੈ ਆ ਦੂਜੇ ਨੂੰ ਪਤਾ ਨਹੀਂ ਕਿਹਦੀ ਵਾਰੀ ਆ ਗਈ ਹੈ ਆ चौथे नंबर कौन आऊंगा पांचवे नंबर से कौन आऊगा आलो जी मैं बैट ती कर लिया तैयारी आ देखो जी पहला शॉर्ट वाह बा शॉर्ट वाह वाहवार पविलियन से बहुत बाहर चली गई है और बहुत ही कमाल का शॉर्ट लगाया है ਆ ਜਦੋਂ ਸ਼ੱਕਾ ਵੱਜਦਾ ਨਾ ਜੀ ਆ ਫਿਰ ਆਹ ਹੀ ਡਾਸ ਨਿਕਲਦਾ ਉਧਰ ਕੰਗਸਾਹ ਕਹਿੰਦੇ ਖਿਡਾਰੀ ਇੱਧਰ ਦਾ ਕਰ ਰਹੇ ਨੇ ਬੋਲ ਹੱਥ ਨਹੀਂ ਆ ਰਹੀ ਐ ਇੱਧਰ ਮੈਂ ਪੈਂਟ ਦੇ ਕਸਾਈ ਬੋਲ ਜਿੱਦਾਂ ਕਿ ਖਿਡਾਰੀ ਕਰਦੇ ਹੁੰਦੇ ਨੇ ਤੇ ਮੈਂ ਪਿੱਛੋਂ ਆ ਕੇ ਆਹ ਬੱਟਾ ਬੋਲ ਮਾਰੀਏ ਕਮਾ ਕਹਿੰਦੇ ਕੰਗਸਾਹ ਆਊਟ ਓਏ ਚੱਲੋ ਨਿਕਲੋ ਬਾਹਰ ਨਿਕਲੋ ਬਾਹਰ ਆ ਮੈਂ ਥੱਕ ਗਿਆ ਆ ਮੈਂ ਥੱਕ ਗਿਆ ਵੀ ਮੈਂ ਥੱਕ ਗਿਆ ਬਹੁਤ ਜ਼ਿਆਦਾ ਥੱਕ ਗਿਆ ਮੈਂ ਖੇਡਦਾ ਖੇਡਦਾ ਥੱਕ ਗਿਆ ਹਾਂ ਕਿੱਥੇ ਨੇ ਮੇਰੀਆਂ ਚੀਅਰ ਲੀਡਰਸ ਕਿੱਥੇ ਮੇਰੇ ਪਾਣੀ ਆ ਜਿਹੜਾ ਪਾਣੀ ਲੈ ਕੇ ਆਉਣਗੀਆਂ ਚੀਅਰ ਲੀਡਰ ਲੈ ਕੇ ਆ ਹਾਲੋ ਇਹ ਗਰਾਊਂਡ ਦੇ ਵਿੱਚ ਸਭ ਤੋਂ ਵੱਧ ਰਨ ਮੈਂ ਮਾਰੇ ਨੇ ਮੈਂ ਇਹੀ ਦੱਸ ਰਿਹਾ ਹਾਂ ਆ ਮੈਂ ਥੱਕ ਗਿਆ ਹਾਂ ਮੈਂ ਪਾਣੀ ਪੀ ਰਿਹਾ ਹਾਂ ਭਾਈ ਜੀ ਖੇਡ ਦੇ ਖੇਡਦੇ ਥੱਕ ਗਏ ਹਾਂ ਜੀ ਅਸੀਂ ਓਏ ਹੋਏ ਹੋਏ ਹੁਣ ਇੱਥੇ ਸਕੀਮ ਚੱਲ ਰਹੀ ਆ ਵੀ ਦੁਬਾਰਾ ਕਦੋਂ ਖੇਡਣਾ ਹੈ ਇਹ ਆ ਭਾਈ ਬਹੁਤ ਆ ਫੇਸ਼ ਸ਼ਾਟ ਬਚ ਗਿਆ ਆ ਮੈਂ ਇਹਨਾਂ ਦੀ 바ਰੀ ਨਹੀਂ ਆਉਣ ਦੇ ਰਿਹਾ ਅੱਜ ਇਹ ਆ ਬਾਲ ਇਹ ਆ ਦਸਾਂਝ ਵਾਲੇ ਜੱਟ ਨੇ ਪੈਰ ਜੋੜ ਕੇ ਘੜਾ ਸੀ ਮਾਰੀ ਆਹ ਮਾਰਾ ਚੱਕ ਕੇ ਬਾਹਰ ਆ ਦੇਖੋ ਜੀ ਇਹ ਹੁਣ ਕੋਈ ਸਕੀਮ ਲਾਉਣ ਲੱਗੇ ਨੇ ਕਿ ਮੈਨੂੰ ਆਊਟ ਕਿਦਾ ਕੀਤਾ ਜਾਏਗਾ ਮੈਨੂੰ ਕੋਈ ਪਰਵਾਹ ਨਹੀਂ ਹੈ ਕਿਉਂਕਿ ਬੈਟ ਵੀ ਮੇਰਾ ਤੇ ਬਾਲ ਵੀ ਮੇ ਅਲੇ ਓਏ 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 ਅਵੇ ਤਾੜੀਆਂ ਤੂੜੀਆਂ ਮਾਰੀ ਜਾਂਦੇ ਨੇ ਗੱਲ ਬੰਦ ਨਹੀਂ ਆਉਂਦੀ ਗਰਾਊਂਡ ਦੇ ਵਿੱਚ ਸਭ ਤੋਂ ਵੱਧ ਰਨ ਮੈਂ ਮਾਰੇ ਕਿਉਂਕਿ ਬੈਟ ਵੀ ਮੇਰਾ ਸੀ ਤੇ ਬਾਲ ਵੀ ਮੇਰੀ ਸੀ ਥੱਕ ਕੇ ਦੋ ਮਿੰਟ ਆਖ ਖਲੋਣੀ ਸੀ ਪਰ ਕਿੱਥੇ 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 ਪੰਮਾ ਭਾਈ ਆ ਗਏ ਨੇ ਪੰਮਾ ਭਾਈ ਕੌਣ ਨੇ ਤੁਹਾਨੂੰ ਰੋਕੇ ਦੱਸਦੇ ਆ ਅਸੀਂ ਵੀਰੇ ਖਾ ਲਿਆ ਪੀ ਲਿਆ ਖੇਡ ਲਿਆ ਸੌ ਲਿਆ ਹਰ ਹੁਣ ਹੋਰ ਕੀ ਕਰ ਲਈਏ ਜ਼ਿੰਦਗੀ ਜਾ ਕੇ ਆਹੀ ਗੋਸ਼ਾ ਜ਼ਿੰਦਗੀ ਦੇ ਵਿੱਚ ਬਸ ਖਾ ਲਓ ਪੀ ਲਓ ਸੌ ਲਓ ਹਾਂ ਪਮਾ ਪਾਜੀ ਆ ਗਏ ਨੇ ਪਮਾ ਪਾਜੀ ਬਹੁਤ ਹੀ ਤਕੜੇ ਫਾਈਟ ਮਾਸਟਰ ਨੇ ਪਮਾ ਪਾਜੀ ਦੱਸ ਰਹੇ ਨੇ ਇੱਥੋਂ ਬੰਦੇ ਦੀ ਤੌਣ ਫੜ ਲੈਣੀ ਐ ਇੱਥੋਂ ਦਾ ਗळा ਘੁਮਾ ਦੇਣਾ ਆ ਮੈਨੂੰ ਇਹਨੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਕਹਾਂ ਤੈਨੂੰ ਮੈਂ ਦੱਸਦਾ ਆ ਮੈਂ ਤੇਰੀ ਬਾਹ ਫੜ ਲੀਏ ਕਹਤਾ ਆ ਮਾਰੀ ਤੇਰੇ ਲਾਤਾਂ ਮਾਰਿਆ ਤੇਰਾ ਮੁੱਖਾ ਘੁਮਾ ਕੇ ਸੁਨੀ ਸ਼ੈਟੀ ਵਾਲਾ ਉਹ ਗਿਆ ਬੰਦਾ ਇੱਥੇ ਮੈਂ ਗਾਣਾ ਡੱਬ ਕੀਤਾ ਐ ਵੀ ਆ ਗਿਆ ਸੀ ਤੇ ਐ ਵੀ ਨੇ ਮੇ ਤੋਂ ਗਾਣਾ ਡੱਬ ਕਰਾਇਆ ਤੇ ਇਧਰ ਦਾਦਾ ਕੁਛ ਰਾਤ ਨੂੰ ਬਣਾ ਰਿਹਾ ਦਾਦਾ ਨੇ ਕੋਈ ਪੁੱਠੀ ਦੀ ਚੀਜ਼ ਬਣਾ ਲਈ ਐ ਮੈਨੂੰ ਨਹੀਂ ਕਰਨ ਦੇਗਾ ਡਾਈਟਿੰਗ ਆ ਦੇਖੋ ਜੀ ਬਣ ਗਿਆ ਪਨੀਰ ਦੱਸੋ ਹੁਣ ਪਨੀਰ ਜਿੱਥੇ ਹੋਵੇ ਇੱਥੇ ਸਾਂਝਾ ਵਾਲਾ ਡਾਈਟਿੰਗ ਕਰੂ ਕਿੱਦਾਂ ਵੀਰ ਜੀ ਇਹ ਡਿਸ਼ੂ ਇਹ ਡਿਸ਼ੂ ਮੈਂ ਖਾਣ ਦੇ ਲਈ ਫੇਰ ਤਿਆਰ ਹੋ ਗਿਆ ਮੈਂ ਹੱਥ ਧੋਤੇ ਨੇ ਬਸ ਖਾ ਲਿਆ ਪੀ ਲਿਆ ਸੌ ਲਿਆ ਤੁਹਾਨੂੰ ਦੱਸਿਆ ਸੀ ਅਦਰ ਮੈਂ ਗਾਣਾ ਸ਼ੁਰੂ ਕਰਤਾ ਹੈ ਜਾਣੇ ਕਿਉਂ ਲੋਕ ਮੁਹੱਬਤ ਕਿਉਂ ਕਰਤੇ ਹਨ ਜਾਣੇ ਕਿਉਂ ਲੋਕ ਮੁਹੱਬਤ ਕਿਉਂ ਕਰਤੇ ਹਨ ਔਰ ਦਾਦਾ ਨੇ ਮੇਰਾ ਗਾਣਾ ਸੁਣਦੇ ਹੀ ਢੋਲ ਕੀ ਚੱਕ ਲੈਣੀਆਂ ਆਂਦੇ ਕੁਛ ਬਿਜਾਏਗਾ ਮੂੰਹ ਦੇ ਨਾਲ ਇਹ 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 ਆ ਆ ਹੋ ਗਿਆ ਸ਼ੁਰੂ ਡੀਟਿੰਗ ਣਕ ਡਿੰਡਿੰਗ ਣਕ ਡਿੰਡਿੰਗ ਜਾਣੇ ਕਿਉਂ ਲੋਕ ਮੁਹੱਬਤ ਕਿਉਂ ਕਰਤੇ ਹਨ ਔਰਦਰ ਤੇਰੀ ਸਾਬ ਓ ਮੈਨੂੰ ਪਤਾ ਲੱਗ ਗਿਆ ਹੈ ਤੇ ਮੂਫਲੀ ਪਈ ਸੀ ਤੇ ਮੂਫਲੀ ਮੇਰੇ ਤੋਂ ਵੱਜਵੇ ਇਦਾਂ ਹੋ ਨਹੀਂ ਸਕਦਾ ਛੋਟੇ ਮੈਂ ਮੂਫਲੀ ਖਾ ਕੇ ਰਹਾਗਾ ਮੈਂ ਖਾਧੀਆਂ ਮੂਫਲੀਆਂ ਉਦੋਂ ਬਾਅਦ ਮੈਂ ਕਿਤੇ ਜਾ ਰਿਹਾ ਸੀ ਬੈਰੀ ਪਰਸਨਲ ਮੂਵਮੈਂਟ ਦੇ ਲਈ ਇਹ ਮੁੰਡਾ ਨਹੀਂ ਹਟੇਗਾ ਨੂੰ ਮੈਂ ਕਿੰਨੀ ਵਾਰੀ ਸਮਝਾਇਆ ਕਿ ਕੋਈ ਪਰਸਨਲ ਮੂਵਮੈਂਟ ਵੀ ਹੁੰਦੇ ਨੇ ਕੋਈ ਕਾਮਨ ਸੈਂਸ ਨਾਮ ਦੀ ਕੋਈ ਚੀਜ਼ ਵੀ ਹੁੰਦੀ ਹੈ ਕਿ ਨਹੀਂ ਹੁੰਦੀ ਕੀ ਬਣਿਆ ਖਾਣ ਨੂੰ ਹਾਏ ਹਾਏ ਬਸ ਖਾਣ ਚ ਮੇਰਾ ਧਿਆਨ ਹੈ ਇਹ ਵੀ ਨੇ ਦਾਲ ਰੱਖੀ ਤੇ ਅਣੀ ਇਹ ਦਾਲ ਨਹੀਂ ਲੱਗ ਰਹੀ ਕੁਝ ਹੋਰ ਲੱਗ ਰਿਹਾ ਵੀਰ ਜੀ ਸੱਚਾ ਹਾ 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 ਇਹ ਚਿੱਟੀ ਲੋਖਾ ਬਣਿਆ ਸੀ ਨਹੀਂ ਨਹੀਂ ਸੌਰੀ ਚਿੱਟੀ ਲੋਖਾ ਨਹੀਂ ਇਹ ਲਿੱਟੀ ਚੋਖਾ ਬਣਿਆ ਸੀ ਹਾਂ ਸੌਰੀ ਮੈਂ ਮਾਫੀ ਚਾਹਾਂਗਾ ਲੋ ਜੀ ਬਣਾ ਲਓ ਬਲੌਗ ਸਾਡਾ ਕੈਮਰਾ ਟੁੱਟ ਗਿਆ ਹੈ ਵੀ ਆਰ ਵੈਰੀ ਸੈਡ ਵੀ ਆਰ ਡਿਸਕਸਿੰਗ ਡਿਸਕਸ ਡਿਸਕਸਸ ਡਿਸਕਸਿੰਗ ਕਿ ਹੁਣ ਕੀ ਕੀਤਾ ਜਾਏਗਾ ਅਗਲਾ ਬਲੌਗ ਕਿਦਾਂ ਬਣੇਗਾ ਫਾਲੋਪ ਹੁੰਦੀਆਂ ਲੱਤਾਂ ਕੈਮਰਾ ਟੁੱਟ ਗਿਆ ਸੌਰੀ ਗਾਇਜ਼